ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਲੜਕੇ ਨੂੰ ਉਸਦੀ ਚਾਚੀ ਹੀ ਘਰੋਂ ਲੈ ਕੇ ਭੱਜ ਗਈ। ਪਿੰਡ ਸ਼ਹੂਰ ਕਲਾਂ ਦੀ ਰਹਿਣ ਵਾਲੀ ਵਿਧਵਾ ਔਰਤ ਪਰਮਜੀਤ ਕੌਰ ਪਤਨੀ ਪ੍ਰੇਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੇਰਾ ਲੜਕਾ ਦਲਜੀਤ ਸਿੰਘ ਹੈਪੀ ਉਮਰ 22 ਸਾਲ ਨੂੰ ਉਸਦੀ ਚਾਚੀ ਜਸਬੀਰ ਕੌਰ ਪਤਨੀ ਕੁਲਦੀਪ ਸਿੰਘ ਪੱਪੂ ਪਿੰਡ ਸ਼ਹੂਰ ਕਲਾਂ ਘਰੋਂ ਭਜਾ ਕੇ ਆਪਣੇ ਨਾਲ ਲੈ ਗਈ। ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਦਰਖਾਸਤ ਦੇ ਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੇਰੇ ਲੜਕੇ ਦਲਜੀਤ ਸਿੰਘ ਹੈਪੀ ਨੂੰ ਲੱਭ ਕੇ ਮੈਨੂੰ ਵਾਪਸ ਦਵਾਇਆ ਜਾਵੇ। ਜਦੋਂ ਇਸ ਸੰਬੰਧੀ SHO ਕਲਾਨੌਰਗਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ ਦਰਖਾਸਤ ਆਈ ਹੈ, ਅਸੀਂ ਵੈਰੀਫਿਕੇਸ਼ਨ ਕਰ ਰਹੇ ਹਾਂ, ਜੋ ਵੀ ਤੱਥ ਸਾਹਮਣੇ ਆਉਣਗੇ ਉਸਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਮੈਂ ਪਰਮਜੀਤ ਕੌਰ ਵਿਧਵਾ ਪਤਨੀ ਪ੍ਰੇਮ ਸਿੰਘ ਪਿੰਡ ਸ਼ਹੂਰ ਦੀ ਰਹਿਣ ਵਾਲੀ ਹਾਂ। ਜੋ ਮੇਰਾ ਬੇਟਾ ਹੈਪੀ ਦਲਜੀਤ ਸਿੰਘ ਉਸਦੀ ਚਾਚੀ ਜਸਬੀਰ ਕੌਰ ਪਤਨੀ ਕੁਲਦੀਪ ਸਿੰਘ ਪੱਪੂ ਦੀ ਵਾਈਫ ਮੇਰੇ ਮੁੰਡੇ ਨੂੰ ਲੈ ਕੇ ਚਲੀ ਗਈ ਹੈ 3 ਸਾਲ ਤੋਂ, ਤੇ ਉਸਦੇ ਮੇਰੇ ਘਰ ਵਾਲੇ ਦੀ ਵੀ ਡੈਥ ਹੋ ਚੁੱਕੀ ਹੈ। 8 ਸਾਲ ਹੋ ਗਏ ਮੇਰੇ ਘਰ ਵਾਲੇ ਡੈਥ ਹੋ ਚੁੱਕੀ ਹੈ। ਸਾਡੇ ਘਰ ਕੰਮ ਕਰਨ ਵਾਲਾ ਕਮਾਈ ਦਾ ਕੋਈ ਸਾਧਨ ਨਹੀਂ ਆ। ਮੇਰੀਆਂ 2 ਬੇਟੀਆਂ ਨੇ, ਉਹ ਮੇਰੇ ਕੋਲ ਰਹਿ ਰਹੀਆਂ ਨੇ। ਇੱਕ ਹੀ ਬੇਟਾ ਹੀ ਸਿਰਫ ਮੇਰਾ ਜਿਹੜਾ ਉਸਨੂੰ ਲੈ ਕੇ ਉਸਦੀ ਚਾਚੀ ਚਲੇ ਗਈ ਆ। ਉਸਦਾ ਪਤੀ ਜੋ ਕੁਲਦੀਪ ਸਿੰਘ ਉਹ ਵੀ ਮੌਜੂਦ ਹੈ ਵਿੱਚ, ਉਹ ਵੀ ਕਦੇ ਕਦੇ ਲੁਧਿਆਣੇ ਜਾਂਦਾ। ਉਸਨੂੰ ਡਰੈਸ ਦਾ ਪਤਾ, ਉਸਨੂੰ ਫੋਨ ਫਾਨ ਵੀ ਆਉਂਦਾ, ਸਾਨੂੰ ਕੋਈ ਫੋਨ ਫਾਨ ਨਹੀਂ ਆਉਂਦਾ ਮੁੰਡੇ ਦਾ। ਅਸੀਂ ਬਹੁਤ ਲੱਭਣ ਦੀ ਭਾਲ ਕੀਤੀ ਪਰ ਮੁੰਡਾ ਸਾਨੂੰ ਨਹੀਂ ਲੱਭਾ। ਅਸੀਂ ਬਹੁਤ ਥਾਵਾਂ ਤੇ 3-4 ਵਾਰੀ ਦੋਸਤਪੁਰ ਚੌਂਕੀ ਚ ਵੀ ਦਰਖਾਸਤ ਦਿੱਤੀ ਹੈ, ਲੇਕਿਨ ਪੁਲਿਸ ਪ੍ਰਸ਼ਾਸਨ ਨੇ ਵੀ ਸਾਡਾ ਕੋਈ ਸਹਾਇਤਾ ਨਹੀਂ ਕੀਤੀ। ਹਾਰ ਕੇ ਇਸ ਦੀ ਮੁੰਡੇ ਦੀ ਭਾਲ ਵਿੱਚ ਅਸੀਂ ਆਪਣੇ ਇੱਥੇ ਕਲਾਨੌਰ ਪੁਲਿਸ ਥਾਣੇ ਵਿੱਚ ਦਰਖਾਸਤ ਦਿੱਤੀ ਹੈ। ਪੁਲਿਸ ਪ੍ਰਸ਼ਾਸਨ ਕੋਲੋਂ ਮੈਂ ਮੰਗ ਕਰਦੀ ਹਾਂ ਕਿ ਮੇਰਾ ਮੁੰਡਾ ਵਾਪਸ ਦਿੱਤਾ ਜਾਵੇ। ਮੇਰੀਆਂ 2 ਬੇਟੀਆਂ ਨੇ, ਉਹ ਇਸ ਟਾਈਮ ਮੇਰੇ ਕੋਲ ਰਹਿ ਰਹੀਆਂ ਨੇ। ਸਾਨੂੰ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ, ਕੋਈ ਕਮਾਉਣ ਵਾਲਾ ਨਹੀਂ ਸਾਡਾ ਪਿੱਛੇ ਹੈਗਾ। ਬਸ ਇੱਕ ਹੀ ਬੇਟਾ ਸੀ ਜੋ ਉਹਦੀ ਚਾਚੀ ਜਸਬੀਰ ਕੋਲ, ਉਹਨੂੰ ਲੈ ਕੇ ਲੁਧਿਆਣੇ ਸ਼ਹਿਰ ਵਿੱਚ ਇਸ ਟਾਈਮ ਰਹਿ ਰਹੀ ਆ। ਜਿਹੜੇ ਆਪਾਂ ਕੀ ਇਸ ਬਾਰੇ ਆਪਾਂ ਕੀ ਕਹਿਣਾ ਚਾਹੁੰਦੇ ਜੀ? ਆਪਾਂ ਇਹਦੇ ਵਿੱਚ ਇੱਕ ਐਪਲੀਕੇਸ਼ਨ ਦਿੱਤੀ ਆ ਪਰਮਜੀਤ ਕੌਰ ਨੇ। ਉਹਨੇ ਐਪਲੀਕੇਸ਼ਨ 'ਚ ਕਿਹਾ ਵੀ ਮੇਰੇ ਲੜਕੇ ਨੂੰ 22 ਸਾਲ ਦਾ ਉਹਦਾ ਲੜਕਾ ਵਾ, ਉਹਨੂੰ ਉਹਦੀ ਚਾਚੀ ਲੈ ਗਈ ਇੱਥੋਂ ਘਰੋਂ ਜਾ ਕੇ। ਉਹਦੇ ਸੰਬੰਧ 'ਚ ਉਹਨੇ ਐਪਲੀਕੇਸ਼ਨ ਦਿੱਤੀ ਆ, ਉਹਨੇ ਦੱਸਿਆ ਵੀ 3 ਸਾਲ ਪਹਿਲਾਂ ਲੈ ਗਈ ਅਤੇ ਹੁਣ ਇਹਨਾਂ ਨੂੰ ਪਤਾ ਲੱਗਾ ਵੀ ਲੁਧਿਆਣੇ ਉਹ ਰਹਿ ਰਹੇ ਨੇ। ਇਹ ਅਸੀਂ ਵੈਰੀਫਾਈ ਕਰ ਰਹੇ ਹਾਂ। ਵੈਰੀਫਾਈ ਕਰਨ ਤੋਂ ਬਾਅਦ ਵੀ ਕਦੋਂ ਲੈ ਕੇ ਗਈ, ਕਿੱਥੇ ਆ ਮੁੰਡਾ ਆਉਂਦਾ ਜਾਂਦਾ ਜਾਂ ਨਹੀਂ, ਮਰਜ਼ੀ ਨਾਲ ਗਿਆ ਜਾਂ ਬਿਨਾਂ ਮਰਜ਼ੀ, ਅਤੇ ਉਸ ਤੋਂ ਬਾਅਦ ਜੋ ਵੀ ਕਾਰਵਾਈ ਹੋਊਗੀ ਉਹ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ। ਇੰਦਰ ਮੋਹਨ ਸੋਢੀ, ਦਿਵਿਆ ਪੰਜਾਬ ਟੀਵੀ, ਕਲਾਨੌਰ।